ਮੈਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਮਾਨਯੋਗ ਜਸਟਿਸ ਜੈਨ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਸ ਉਮੀਦ ਦੇ ਨਾਲ ਅਸੀਂ ਹਾਈ ਕੋਰਟ ਦੇ ਵਿੱਚ ਮੂਵ ਕੀਤਾ ਸੀ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਅਤੇ ਜਿਹੜੀ ਕੱਲ੍ਹ ਰੋਕ ਲਾਈ ਸੀ ਸਰਕਾਰ ਨੇ ਰੈਲੀ ਦੇ ਉੱਤੇ ਉਹਦੇ 'ਤੇ ਸਟੇਅ ਕਰ ਦਿੱਤਾ ਜੀ। ਔਰ ਸਟੇਟ ਗੌਰਮੈਂਟ ਨੂੰ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਰੈਲੀ ਦੇ ਪ੍ਰਬੰਧਾਂ ਵਾਸਤੇ ਸਾਰਾ ਵੀ ਜੋ ਵੀ ਪ੍ਰੋਟੈਕਸ਼ਨ ਚਾਹੀਦੀ ਹੈ ਉਹ ਸਟੇਟ ਗੌਰਮੈਂਟ ਦੀ ਜ਼ਿੰਮੇਵਾਰੀ ਹੈ ਉਹ ਮੁਹੱਈਆ ਕਰਾ। ਤਾਂ ਮੈਂ ਸਮਝਦਾ ਕਿ ਜਿਹੜਾ ਗੌਰਮੈਂਟ ਪੰਜਾਬ ਦੀ ਨੇ ਡੈਮੋਕ੍ਰੇਸੀ ਨੂੰ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਸਾਡੇ ਫੰਡਾਮੈਂਟਲ ਰਾਈਟਸ ਨੂੰ ਵਾਇਲੇਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਸ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਉਹ ਚੀਜ਼ ਜਿਹੜੀ ਹੈ ਪੰਜਾਬ ਸਰਕਾਰ ਨਹੀਂ ਕਰ ਸਕੀ, ਜਿਹਦੇ ਵਾਸਤੇ ਮੈਂ ਅਦਾਲਤ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ। ਬਾਰ ਬਾਰ ਇੱਕ ਬਾਤ ਕੋਰਟ ਮੇ ਉੱਠ ਰਹੀ ਥੀ ਕਿ ਰੈਲੀ ਕੀ ਪਰਮਿਸ਼ਨ ਲੈਣੇ ਕੀ ਜ਼ਰੂਰਤ ਵੀ ਨਹੀਂ ਥੀ, ਫਿਰ ਵੀ ਅਕਾਲੀ ਦਲ ਨੇ ਰੈਲੀ ਲਈ। ਦੇਖੋ ਬਹੁਤ ਹੀ ਅਜੀਬ ਗੱਲ ਹੈ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਇਲੈਕਸ਼ਨ ਚੱਲ ਰਹੀਆਂ ਜੀ, ਔਰ 17 ਤਰੀਕ ਸ਼ਾਮ 4 ਵਜੇ ਤੱਕ ਪ੍ਰਚਾਰ ਪਾਰਟੀਆਂ ਨੂੰ ਖੁੱਲ੍ਹੀ ਛੁੱਟੀ ਹੁੰਦੀ ਹੈ ਕਿ ਆਪਣਾ ਪੱਖ ਜਿਹੜਾ ਤੁਸੀਂ ਹਰ ਗਲੀ ਦੇ ਵਿੱਚ ਜਾ ਕੇ ਮੁਹੱਲੇ ਦੇ ਵਿੱਚ ਜਾ ਕੇ ਛੋਟਾ ਜਲਸਾ ਕਰਕੇ ਵੱਡਾ ਜਲਸਾ ਕਰਕੇ ਰੈਲੀ ਕਰਕੇ ਰੱਖੋ। ਅਤੇ ਦੂਜੇ ਪਾਸੇ ਜਿਹੜੀ ਹੈ ਸਟੇਟ ਗੌਰਮੈਂਟ ਇੱਕ ਪਾਰਟੀ ਦੇ ਉੱਤੇ ਉਹਦੇ ਪ੍ਰਚਾਰ ਦੇ ਉੱਤੇ ਜਿਹੜੀ ਹੈ ਉਹ ਬਿਨਾਂ ਕਿਸੇ ਕਾਰਨ ਤੋਂ ਇੱਕ ਇਲੀਗਲ ਆਰਡਰ ਪਾਸ ਕਰਵਾ ਕੇ ਪ੍ਰਸ਼ਾਸਨ ਦੇ ਕੋਲੋਂ ਪਾਬੰਦੀ ਲਾ ਰਹੀ ਹੈ। ਇਹ ਸਾਰਾ ਹੀ ਐਕਸ਼ਨ ਜਿਹੜਾ ਸਟੇਟ ਗੌਰਮੈਂਟ ਦਾ ਸੀ ਟੋਟਲੀ ਗੈਰ ਸੰਵਿਧਾਨਿਕ ਸੀ, ਔਰ ਅੱਜ ਦੇ ਅਦਾਲਤ ਦੇ ਇਸ ਫੈਸਲੇ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਜਿਹੜੀ ਸੰਵਿਧਾਨ ਦੇ ਜਿਹੜੀ ਮੁੱਢਲੇ ਅਧਿਕਾਰ ਸਾਡੇ ਵਾਇਲੇਟ ਕਰਨ ਦੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੋਸ਼ਿਸ਼ ਕੀਤੀ ਸੀ, ਅਦਾਲਤ ਨੇ ਉਹਦੇ 'ਤੇ ਸਾਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ ਔਰ ਰੈਲੀ ਕਰਨ ਦੀ ਜਿਹੜੀ ਆ ਉਹ ਪਰਮਿਸ਼ਨ। ਸਰ ਬਰਗਾੜ ਰੈਲੀ ਹੋਇਆ ਕਿ ਉੱਥੇ ਧਰਨਾ ਲਾ ਕੇ ਬੈਠੇ ਨੇ, ਨਾਲੇ ਇੱਥੇ ਰੈਲੀ ਦੀ ਪਰਮਿਸ਼ਨ ਦਿੱਤੀ ਜਾ ਰਹੀ ਹੈ ਅਤੇ ਉਹ ਵੀ ਕੋਰਟ ਨੇ ਆਪਣੇ ਫੈਸਲੇ ਵਿੱਚ ਕੀਤੀ। ਅਗਰਵਾਲ ਸਾਹਿਬ ਨੇ ਸਾਡਾ ਕੇਸ ਜਿਹੜਾ ਸਾਰਾ ਜਿਹੜੇ ਫਾਰਮਰ ਐਡਵੋਕੇਟ ਜਨਰਲ ਹੈ ਅਸ਼ੋਕ ਅਗਰਵਾਲ ਜੀ ਉਹਨਾਂ ਨੇ ਸਾਰਾ ਹੀ ਵਿਸਤਾਰ ਜਿਹੜਾ ਉਹ ਕੇਸ ਦਾ ਦੱਸਿਆ, ਜਿੰਨੇ ਲਾਜ ਸੀਗੇ ਇਸ ਸੰਬੰਧ ਦੇ ਵਿੱਚ ਸੁਪਰੀਮ ਕੋਰਟ ਦੇ ਕੋਨਸਟੀਟਿਊਸ਼ਨ ਦੇ ਹਵਾਲੇ ਬੜੀ ਵਿਸਤਾਰ ਦੇ ਵਿੱਚ ਉਹਨਾਂ ਨੇ ਸਾਰਾ ਕੇਸ ਜਿਹੜਾ ਉਹ ਸਾਡਾ ਬਿਲਡ ਕੀਤਾ ਔਰ ਉਹਦੇ ਉੱਤੇ ਜੱਜ ਸਾਹਿਬ ਨੇ ਇਮੀਡੀਏਟਲੀ ਜਿਹੜਾ ਫੈਸਲਾ ਦਿੱਤਾ, ਮੈਂ ਸਮਝਦਾ ਕਿ ਇੱਕ ਬਹੁਤ ਹੀ ਸ਼ਲਾਘਾਯੋਗ ਫੈਸਲਾ ਔਰ ਡੈਮੋਕ੍ਰੇਸੀ ਨੂੰ ਸਟਰੈਂਥਨ ਕਰਨ ਵਾਲਾ ਫੈਸਲਾ, ਡੈਮੋਕ੍ਰੇਸੀ ਨੂੰ ਸੂਬੇ ਦੇ ਵਿੱਚ ਬਚਾਉਣ ਵਾਲਾ ਫੈਸਲਾ। ਦੇਖੋ ਬੜੀ ਮੰਦਭਾਗੀ ਗੱਲ ਹੈ ਕਿ ਜਿਸ ਤਰੀਕੇ ਨਾਲ ਰੋਕ ਲਾਈ ਗਈ ਸੀ, ਜਿਹੜੇ ਕਾਰਨ ਦੱਸੇ ਗਏ ਸੀ ਉਹ ਬਹੁਤ ਹੀ ਜਿਹੜੇ ਆ ਕਿਤੇ ਵੀ ਜਿਹੜੀ ਕਾਨੂੰਨ ਦੀ ਨਜ਼ਰ ਦੇ ਵਿੱਚ ਖੜਦੇ ਨੇ ਕਿ ਉਹ ਉੱਥੇ ਗਏ ਸੀ ਪੈਲੇਸ, ਉੱਥੇ ਸਟੇਟ ਸਪੋਂਸਰਡ ਤਮਾਸ਼ਾ ਹੋਇਆ ਸੀ ਅਤੇ ਉਹਦੇ ਕਰਕੇ ਤੁਸੀਂ ਪੋਲੀਟੀਕਲ ਪਾਰਟੀ ਦੀ ਰੈਲੀ ਰੋਕ ਲਓ। ਦੇਖੋ ਇੱਕ ਪਾਸੇ ਤਾਂ ਜਾਖੜ ਸਾਹਿਬ ਵੱਡੇ ਵੱਡੇ ਐਲਾਨ ਕਰਦੇ ਸੀ ਕਿ ਅਕਾਲੀਆਂ ਨੂੰ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ, ਹੁਣ ਇੱਕ ਰੈਲੀ ਤੋਂ ਬਾਅਦ ਹੀ ਇਹਨਾਂ ਦਾ ਦਮ ਨਿਕਲ ਗਿਆ, ਹੁਣ ਕਹਿੰਦੇ ਕਿ ਅਕਾਲੀ ਪਿੰਡਾਂ 'ਚ ਨਾ ਜਾਣ, ਕਿਉਂ ਜਾਂਦੇ ਆ? ਉਲਟਾ ਹੋ ਗਿਆ ਕੰਮ ਕਿ ਡਰਾਮਾ ਇੱਥੋਂ ਸ਼ੁਰੂ ਹੋਇਆ ਸੀ ਕਿ ਅਕਾਲੀਆਂ ਨੂੰ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ ਅਤੇ ਹੁਣ ਕਾਨੂੰਨ ਜਿਹੜਾ ਹੈ ਪਾਬੰਦੀਆਂ ਲਾ ਰਹੀ ਹੈ ਸਰਕਾਰ ਪ੍ਰਸ਼ਾਸਨ ਦੇ ਰਾਹੀਂ ਕਿ ਅਕਾਲੀ ਪਿੰਡਾਂ 'ਚ ਨਾ ਵੜਨ। ਮੈਂ ਜਾਖੜ ਸਾਹਿਬ ਨੂੰ ਪੁੱਛਣਾ ਪੈਂਦਾ ਵੀ ਇੰਨੇ ਦਿਨਾਂ 'ਚ ਕੀ ਫਰਕ ਪੈ ਗਿਆ, ਉਦੋਂ ਤੁਹਾਡਾ ਸਟੈਂਡ ਹੋਰ ਸੀ, ਹੁਣ ਇੱਕੋ ਦਮ ਸਟੈਂਡ ਕਿਉਂ ਬਦਲ ਗਿਆ? ਇਹ ਮੈਂ ਸਮਝਦਾ ਕਿ ਜਿਹੜੀ ਇਲੈਕਸ਼ਨ ਤੋਂ ਪਹਿਲਾਂ ਹੀ ਹਾਰ ਜਿਹੜੀ ਆ ਕਾਂਗਰਸ ਪਾਰਟੀ ਨੇ ਉਹ ਸਵੀਕਾਰ ਕਰ ਲਈ ਆ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ, ਬਲਾਕ ਸਮਿਤੀ ਚੋਣਾਂ ਦੇ ਵਿੱਚ ਪਹਿਲਾਂ ਲੋਕਾਂ ਨੂੰ ਨਾਮਜ਼ਦਗੀਆਂ ਪੱਤਰ ਦਾਖਲ ਨਹੀਂ ਕਰਨ ਦਿੱਤੇ, ਉੱਥੇ ਹਾਰ ਮੰਨੀ।
ਫਿਰ ਲੋਕਾਂ ਦੇ ਇਲੀਗਲ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਉਹ ਨਾਮੀਨੇਸ਼ਨ ਰਿਜੈਕਟ ਕਰ ਦਿੱਤੇ, ਉਹ ਵੀ ਜਿਹੜੀ ਡੈਮੋਕ੍ਰੇਸੀ ਨੂੰ ਸਕਟਲ ਕਰਨ ਦਾ ਤਰੀਕਾ ਸੀ ਉੱਥੇ ਹਾਰ ਮੰਨੀ। ਤੀਜਾ ਫਿਰ ਰੈਲੀ ਬੈਨ ਕਰਕੇ ਹਾਰ ਮੰਨੀ। ਇਸ ਕਰਕੇ ਇਹ ਮੌਲਿਕ ਤੌਰ ਦੇ ਉੱਤੇ ਕਾਂਗਰਸ ਦੀ ਹਾਰ ਜਿਹੜੀ ਆ ਉਹ ਸਪਸ਼ਟ ਆ, ਪੁੱਠੀ ਗਿਣਤੀ ਕਾਂਗਰਸ ਦੀ ਸ਼ੁਰੂ ਹੋ ਗਈ ਆ। ਔਰ ਹੁਣ ਮੈਂ ਸਮਝਦਾ ਕਿ ਇਹਦੇ ਪੈਰ ਜਿਹੜੇ ਉਖੜ ਗਏ, ਪਹਿਲਾਂ ਲੋਕਾਂ ਦੇ ਵਿੱਚ ਐਕਸਪੋਜ਼ ਹੋ ਗਈ, ਹੁਣ ਜਿਹੜੀ ਹੈ ਇਹ ਪਾਰਟੀ ਹੌਲੀ ਹੌਲੀ ਨਹੀਂ, ਉਹਨਾਂ ਨੇ ਸਟੇਟ ਪੁਲਿਸ ਨੂੰ ਪੂਰੀਆਂ ਹਦਾਇਤਾਂ ਕੀਤੀਆਂ ਕਿ ਉਹ ਪੂਰੀ ਤਰ੍ਹਾਂ ਦੀ ਹਰ ਤਰ੍ਹਾਂ ਦੀ ਪ੍ਰੋਟੈਕਸ਼ਨ, ਕਿ ਕਿਸੇ ਤਰ੍ਹਾਂ ਦੀ ਵੀ ਉੱਥੇ ਕੋਈ ਖਰਾਬੀ ਨਾ ਹੋਵੇ, ਉਹ ਸਟੇਟ ਦੀ ਪੁਲਿਸ ਦੀ ਜ਼ਿੰਮੇਵਾਰੀ। ਇਸ ਕਰਕੇ ਉਹਨਾਂ ਨੇ ਉਹ ਡਾਇਰੈਕਸ਼ਨ ਜਿਹੜੀ ਦਿੱਤੀ ਵਾਰ ਵਾਰ, ਔਰ ਉਹਨਾਂ ਨੇ ਨਾਲ ਹੀ ਜਿਹੜਾ ਹੈਗਾ ਉਹਨੂੰ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਕਨਵੇ ਕਰਨ ਵਾਸਤੇ ਵੀ ਕਹਿ ਦਿੱਤਾ ਕਿ ਇਹ ਆਰਡਰ ਜਿਹੜਾ ਅਦਾਲਤ ਦਾ ਹੁਣੇ ਉਹਨਾਂ ਨੂੰ ਕਨਵੇ ਕਰ ਦਿੱਤਾ ਜਾਵੇ ਤਾਂ ਜੋ ਇਮੀਡੀਏਟਲੀ ਉੱਥੇ ਪਤਾ ਲੱਗਦਾ। ਇਸ ਤੋਂ ਬਾਅਦ ਹੁਣ ਜ਼ਿਆਦਾ ਹੀ ਇਕੱਠ ਜਿਹੜਾ ਲੋਕਾਂ ਦਾ ਹੋਏਗਾ, ਕਿਉਂਕਿ ਕਿਤੇ ਲੋਕਾਂ ਦਾ ਇਕੱਠ ਤਾਂ ਪਹਿਲਾਂ ਹੀ ਠਾਠਾ ਮਾਰਦਾ ਹੋਣਾ ਸੀ, ਹੋਰ ਕੋਈ ਮੁਸੀਬਤ ਹੀ ਨਹੀਂ ਸੀ। ਇਕੱਠ ਹੀ ਜਿਹੜੀ ਹੈ ਇਹਨਾਂ ਦੀਆਂ ਚੀਕਾਂ ਪਹਿਲਾਂ ਕਢਾਈ ਜਾਂਦਾ ਸੀ, ਜਿਹੜੀ ਅਬੋਹਰ ਦੀ ਰੈਲੀ ਹੈ ਉਹਦੀਆਂ ਚੀਕਾਂ ਦੀਆਂ ਆਵਾਜ਼ਾਂ ਸੀ ਜਿਹੜੀਆਂ ਇਸ ਐਸਟੀਐਮ ਦੇ ਆਰਡਰ ਦੇ ਵਿੱਚੋਂ ਸੁਣ ਰਹੀਆਂ ਸੀ, ਹੋਰ ਕੋਈ ਕਾਰਨ ਨਹੀਂ ਸੀ। ਕਿਉਂਕਿ ਕਹਿ ਦੇਣਾ ਸੌਖਾ ਹੁੰਦਾ ਇੱਥੇ ਇੱਕ ਸ਼ਡਯੰਤਰ ਰਚ ਕੇ ਕਿ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ, ਤੁਹਾਨੂੰ ਇਹ ਨਹੀਂ। ਜਦੋਂ ਰੈਲੀ ਹੋਈ ਆ ਅਬੋਹਰ ਤਾਂ ਸਾਰਾ ਕੁਛ ਭੁਲੇਖਾ ਨਿਕਲ ਗਿਆ। ਹੁਣ ਉਹਨਾਂ ਸੀ ਕਿ ਇਲੈਕਸ਼ਨ ਤੋਂ ਪਹਿਲਾਂ ਜੇ ਦੂਜੀ ਰੈਲੀ ਹੋ ਗਈ ਤਾਂ ਸਾਡਾ ਸਫਾਇਆ ਹੋ ਜਾਣਾ। ਇਸ ਕਰਕੇ ਉਹਨਾਂ ਨੇ ਸਾਰੇ ਜਿਹੜੇ ਹੈਗੇ ਆ ਕਾਇਦੇ ਕਾਨੂੰਨ ਛਿੱਕੇ 'ਤੇ ਟੰਗ ਕੇ ਇਹ ਬੜੀ ਵੱਡੀ ਐਮਰਜੈਂਸੀ ਤੋਂ ਬਾਅਦ ਇਹ ਦੁਬਾਰਾ ਇੱਕ ਸੈਕਿੰਡ ਐਮਰਜੈਂਸੀ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਹਨੂੰ ਅੱਜ ਅਦਾਲਤ ਦੇ ਇਸ ਫੈਸਲੇ ਨੇ ਬਚਾ ਲਿਆ। ਚੀਮਾ ਜੀ, ਇੱਕ ਆਖਰੀ ਸਵਾਲ, ਆਪ ਲੋਗੋਂ ਨੇ ਉਸਮੇ ਇਹ ਵੀ ਕਿਹਾ ਹੈ ਸਬਮਿਸ਼ਨ ਦੇਤੇ ਹੋਏ ਕਿ ਬਰਗਾੜੀ ਮੇਂ ਜੋ ਸਿੱਖ ਵਹਾਂ ਪੇ ਪ੍ਰੋਟੈਸਟ ਕਰ ਰਹੇ ਹੈ ਉਨਕੋ ਸਾਰੀ ਸੁਵਿਧਾਏ ਜੋ ਹੈ ਸਰਕਾਰ ਮੁਹੱਈਆ ਕਰਵਾ ਰਹੀ ਹੈ ਔਰ ਉਨ੍ਹਾਂ ਨੇ ਕੋਈ ਪਰਮਿਸ਼ਨ ਵੀ ਨਹੀਂ ਲਈ ਥੀ। ਦੇਖੋ ਸੱਚੀ ਗੱਲ ਤਾਂ ਰਿਪੋਰਟ ਦੇ ਵਿੱਚ ਦੱਸਣੀ ਚਾਹੀਦੀ ਹੈ ਸਰ, ਸਾਹਮਣੇ ਜਿਹੜੀ ਵੀ ਕੋਈ ਸੱਚੀ ਗੱਲ ਹੁੰਦੀ ਹੈ ਉਹ ਅਦਾਲਤ ਨੇ ਧਿਆਨ ਦੇ ਵਿੱਚ ਲਿਆਉਣਾ ਸਾਡੀ ਡਿਊਟੀ ਹੈ, ਅਦਾਲਤ ਨੂੰ ਦੱਸਣੀ ਚਾਹੀਦੀ ਹੈ ਸਾਹਮਣੇ ਸਰ, ਸਾਹਮਣੇ। ਦੇਖੋ ਮੇਰੇ ਖਿਆਲ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ, ਬਾਕੀ ਸਾਰਿਆਂ ਨੂੰ ਪਤਾ। ਚੀਮਾ ਜੀ ਸਾਹਮਣੇ, ਚੀਮਾ ਸਾਹਿਬ, ਰਾਈਟ ਆਫ ਫਰੀਡਮ ਆਫ ਸਪੀਚ ਐਕਸਪ੍ਰੈਸ਼ਨ ਦੀ ਤੁਸੀਂ ਗੱਲ ਕੀਤੀ ਕਿ ਤੁਹਾਨੂੰ ਲੋੜ ਵੀ ਨਹੀਂ ਸੀ ਪਰਮਿਸ਼ਨ ਲੈਣ ਦੀ, ਅਗਲੀ ਰੈਲੀਆਂ ਦੀ ਪਰਮਿਸ਼ਨ ਹੁਣ ਲਿੱਤੀ ਜਾਵੇਗੀ? ਦੇਖੋ ਗੱਲ ਇਹ ਹੈ ਕਿ ਜਿਵੇਂ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਨੂੰ ਲੋੜ ਹੁੰਦੀ ਹੈ ਉਹ ਸਾਰੇ ਕੈਂਡੀਡੇਟ ਛੋਟੀਆਂ ਜਲਸਿਆਂ ਦੀ ਲੈਂਦੇ ਆ ਜੀ, ਅਦਰਵਾਈਜ਼ ਰੈਲੀ ਵਾਸਤੇ ਨਹੀਂ ਲੈਂਦੀ। ਲੇਕਿਨ ਅਸੀਂ ਫਿਰ ਵੀ ਲਾ ਅਬਾਈਡਿੰਗ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਚਲੋ ਪਰਮਿਸ਼ਨ ਦਾ ਮਤਲਬ ਹੁੰਦਾ ਕਿ ਇੱਕ ਇੰਟੀਮੇਸ਼ਨ ਹੋ ਜਾਂਦੀ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਿ ਜਿਹੜੇ ਉਹਨਾਂ ਨੇ ਪ੍ਰਬੰਧ ਕਰਨੇ ਆ। ਕੱਲ੍ਹ ਨੂੰ ਸਾਨੂੰ ਇਹ ਨਾ ਕਹਿਣ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਰੈਲੀ ਕਦੋਂ ਰੱਖ ਲਈ, ਕੀ ਕੱਲ੍ਹ ਇੱਕ ਕਨਵੇ ਕਰਨ ਦਾ ਵੀ ਤਰੀਕਾ ਹੁੰਦਾ ਕਿ ਅਸੀਂ ਕਰ ਰਹੇ ਹਾਂ, ਦਿਸ ਇਜ਼ ਫਾਰ ਯੂਰ ਇਨਫੋਰਮੇਸ਼ਨ। ਐਕਚੁਲੀ ਤਾਂ ਇਨਫੋਰਮੇਸ਼ਨ ਹੀ ਹੁੰਦੀ ਹੈ ਕਿ ਅਸੀਂ ਕਰ ਰਹੇ ਹਾਂ, ਔਰ ਜਗ੍ਹਾ ਅਸੀਂ ਉਹ ਚੂਜ਼ ਕਰ ਰਹੇ ਹਾਂ ਜਿਹੜੇ ਸਾਰੀਆਂ ਪਾਰਟੀਆਂ ਕਰਦੀਆਂ, ਜਿਹੜੀ ਖੁੱਲ੍ਹੀ ਜਗ੍ਹਾ ਜਿੱਥੇ ਪਾਰਕਿੰਗ ਵੀ ਆ, ਜਿੱਥੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ, ਸ਼ਹਿਰ ਵਾਸੀਆਂ ਨੂੰ ਵੀ ਮੁਸ਼ਕਲ ਨਾ ਆਵੇ, ਦਾਣਾ ਮੰਡੀਆਂ ਵੱਡੀਆਂ, ਅੱਜ ਕੱਲ੍ਹ ਕੋਈ ਫਸਲ ਨਹੀਂ। ਇਸ ਕਰਕੇ ਇਸੇ ਕਰਕੇ ਉਹ ਯੂਜ਼ ਕੀਤੀਆਂ ਜਾਂਦੀਆਂ ਰੈਲੀਆਂ ਵਾਸਤੇ, ਬਾਕੀ ਚੀਜ਼ਾਂ ਵਾਸਤੇ ਕੋਈ ਵੱਡੇ ਇਕੱਠ ਨਹੀਂ ਆਉਣਾ ਹੁੰਦਾ, ਲੋਕਾਂ ਦੀ ਵੀ ਸਹੂਲਤ ਹੈ, ਸ਼ਹਿਰ ਵਾਸੀਆਂ ਨੂੰ ਆਸ ਪਾਸ 'ਚ ਕਿਸੇ ਨੂੰ ਪ੍ਰੋਬਲਮ ਹੀ ਨਹੀਂ ਆਉਂਦੀ।